ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਕਰ ਲੈਣਾ ਕਲਿੱਕ, ਤਾਂ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਪਹੁੰਚੇ ਸਭ ਤੋਂ ਪਹਿਲੇ। ਤੇ ਅੱਜ ਜਨਾਬ ਦੂਜਣ ਮਾਈ ਦੀ ਵੀਡੀਓ ਲੈ ਕੇ ਆਇਆ। ਮੱਝ ਜਨਾਬ ਸੂਈ ਕਦੋਂ ਸੂਈ ਹੈ, ਕਿੰਨਾ ਬੋਲਾ ਕਰਦੀ ਹੈ, ਇਹ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੀਆਂ ਲੈ ਕੇ ਦੇਵਾਂਗੇ। ਖੱਪੇ ਦਾ ਵਾਨਾ ਮਾਸ਼ਾਅੱਲਾ, ਪੂਰੀ ਜਨਾਬ ਮੁੱਠ ਮੁੱਠ ਦਾ ਥਣ, ਪੂਰੀਆਂ ਵਿਰਲਾ ਅੱਲਾ ਦੇ ਫਜ਼ਲ ਕਰਮ ਨਾਲ ਥਣ ਬੜਾ ਸੋਹਣਾ ਲੱਗਿਆ ਮਾਸ਼ਾਅੱਲਾ। ਲੈਣੇ ਦੇਣੇ ਮੁਕੱਦਰ ਸੌਦਾ ਨਾਲ ਨਸੀਬ ਦੇ ਭਰਾਵਾਂ ਵਾਸਤੇ ਹਮੇਸ਼ਾ ਸਫ਼ਰ ਕਰਕੇ ਨੀਲੀ ਦੇ ਜਾਨਵਰ ਇਨਸ਼ਾਅੱਲਾ ਆਪਣੇ ਚੈਨਲ 'ਤੇ ਪਾਏ ਜਾਂਦੇ ਨੇ ਤਾਂ ਕਿ ਮੇਰੇ ਵੀਰ ਭਰਾ ਵੇਖਣ ਅਤੇ ਜਾਨਵਰ ਖਰੀਦਣ। ਮਾਸ਼ਾਅੱਲਾ ਪੰਡਾ ਦਾ ਵਾਨਾ, ਪੂਰਾ ਮੁੱਠ ਮੁੱਠ ਦਾ ਥਣ, ਪੂਰੀ ਜਨਾਬ ਲੋਕੇਸ਼ਨ 'ਤੇ ਥਣ, ਪੂਰੀ ਬਰੀਕ ਮੱਝ ਮਾਸ਼ਾਅੱਲਾ, ਜਿਵੇਂ ਜਨਾਬ ਟਿਸ਼ੂ ਪੇਪਰ ਇੱਕ ਘੱਟੀ ਮਾਸ਼ਾਅੱਲਾ, ਬਾਕੀ ਖੁੱਡਾ ਪੁੱਠਾ ਢਾਕ ਮੇਰੇ ਕੈਮਰੇ 'ਚ ਨਜ਼ਰ ਹੈ। ਭਰਾਵਾਂ ਨੇ ਆਪਣੀਆਂ ਨਿਗਾਹਾਂ ਨਾਲ ਤਸੱਲੀ ਕਰ ਲੈਣੀ ਆ, ਮੇਰਾ ਕੈਮਰਾਮੈਨ ਚਾਰ ਸ਼ੋਰੇ ਇਨਸ਼ਾਅੱਲਾ ਤਸੱਲੀਆਂ ਕਰਵਾ ਰਿਹਾ। ਮਾਸ਼ਾਅੱਲਾ ਕੱਟ ਕਾਲੀ ਮੱਝ ਮਾਸ਼ਾਅੱਲਾ ਬਿਲਕੁਲ ਬਰੀਕ ਹੈ, ਜਿਵੇਂ ਜਨਾਬ ਟਿਸ਼ੂ ਪੇਪਰ ਹੈ, ਤੁਲੀ ਕੌੜੀ ਦਾ ਨਿਸ਼ਾਨ ਕੋਈ ਨਹੀਂ, ਚਾਰੇ ਖੋਰ ਇੱਕੋ ਜਿਹਾ, ਜਿਵੇਂ ਜਨਾਬ ਘੋੜਿਆਂ ਦੇ ਸੁੰਭ ਹੁੰਦੇ ਨੇ। ਮੱਝ ਦਾ ਕੱਦ ਚੰਗਾ, ਲਾਮ ਚੰਗੀ, ਬਾਕੀ ਜਨਾਬ ਜੋ ਇਹਦਾ ਹਿਸਾਬ ਕਿਤਾਬ ਹੈ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੇ ਲੈ ਕੇ ਦੇਵਾਂਗੇ। ਜੀ ਭਾਜੀ ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਭਾਜੀ ਸਾਹਿਬ ਤੋਂ ਪਹਿਲਾਂ ਦੱਸਣਾ ਕਿ ਮੱਝ ਆਪਣੀ ਕਿਨਵਾ ਸੂਆ ਸੂਈ ਹੈ? ਦੂਸਰਾ ਸੂਆ ਸੂਈ ਹੈ। ਦੂਸਰਾ ਵਾਰਾ ਸੂਈ ਜੀ? ਤੇ ਕਦੋਂ ਸੂਈ ਹੈ? ਇਹ ਕੱਲ ਸੂਈ ਹੈ। ਕੱਲ ਸੂਈ ਹੈ, ਹਾਂ ਸ਼ਾਮ ਨੂੰ। ਮੱਝ ਆਪਣੀ ਸੂਈ ਖੜੀ ਹੈ ਜੀ, ਇਹ ਥਣ ਵਿੱਚ ਕੋਈ ਘਾਟਾ ਵਾਧਾ ਗੱਢ ਮਰੋੜੀ? ਕੋਈ ਘਾਟਾ ਹੋਵੇ, ਵੱਧ ਹੋਵੇ, ਗੱਢ ਮਰੋੜੀ ਹੋਵੇ, ਛੱਟਾ ਪੁਆਰਾ ਹੋਵੇ, ਮਾਂ ਆਪਾਂ ਦੀ ਆਪਣੀ ਪੂਰੀ ਇਨਸ਼ਾਅੱਲਾ ਜ਼ਿੰਮੇਦਾਰੀ ਹੈ, ਪੂਰੀ ਜ਼ਿੰਮੇਦਾਰੀ ਦੇ ਫਿਕਰ ਹੋ ਜੀ। ਠੀਕ ਹੋ ਗਿਆ ਜੀ। ਤੇ ਇਹ ਜਨਾਬ ਸੂਈ ਖੜੀ ਹੈ ਅੱਜ ਤੱਕ, ਕੱਲ ਸੂਈ ਹੈ? ਹਾਂਜੀ। ਕਿੰਨਾ ਬੋਲਾ ਕਰਦੀ ਪਈ ਹੈ? ਬੋਲਾ ਮੈਂ ਤੈਨੂੰ ਦੱਸਾਂ, ਕੱਲ ਮੈਂ ਇੱਥ ਚੋਇਆ 7 ਕਿਲੋ ਟਾਈਮ ਦਾ ਟਾਈਮ ਬੋਲਾ ਬੋਲਾ ਪਹਿਲਾ ਬੋਲਾ ਪਹਿਲਾ ਬੋਲਾ ਅੱਛਾ ਠੀਕ ਹੈ। ਸੁਬਹਾ ਨਾਲ ਦੁੱਧ ਮੈਂ ਬੋਲਾ ਚੋਇਆ ਇੰਦਾ ਹਾਇਆ ਤਕਰੀਬਨ ਹੀ ਕੋਈ 3 ਕਿਲੋ 3 ਕਿਲੋ ਆ ਬੱਚੇ ਨੂੰ ਛੱਡ ਕੇ ਬੱਚੇ ਨੂੰ ਛੱਡ ਕੇ ਕਿਉਂ ਜੀ ਹੁਣ ਆ ਕੇ ਤੈਨੂੰ ਪਤਾ ਮੈਂ ਬੋਲਾ ਕਟਾਈ ਖੜੀ ਹੈ ਹੁਣ ਆਸਤੇ ਆਸਤੇ ਮੈਂ ਦੋ ਚੋਂ ਦੇ ਆ ਤੇ ਦੁੱਧ ਮੱਤ ਤੇ ਮੈਂ ਪੂਰੀ ਆਯਮ ਦੋ ਚਾਰ ਦਿਨ ਲੱਗਣਗੇ। ਹਾਂਜੀ ਪਹਿਲੇ ਨੂੰ ਤਾਂ ਮੈਂ ਦੋ ਦਿਨਾਂ 13-14 ਕਿਲੋ ਦਿੰਦੀ ਰਹੀ। ਪੱਕੀ ਗੱਲ ਹੈ? ਪੱਕੀ ਗੱਲ ਹੈ। ਹੁਣ ਅੱਜ ਕੀ ਤਾਂ ਮੈਂ ਮੁੜ ਤੇਰੀ ਦੁਆ ਚਾਹੀਦੀ, ਦੁਆ ਸੁਆ ਸੁਣਦੀ ਪਈ ਹੈ ਦੁੱਧ ਮੈਂ ਦੇਸੀ। ਇਹ ਅਸਲ ਨਾ ਜਿਹਾ ਤੁਸੀਂ ਸਮਝਦੇ ਹੋ ਖਬਰ ਹੈ ਲਿਸੀ ਹੈ ਖਬਰ ਬਿਮਾਰ ਹੈ ਕੀ ਮਸਲਾ ਕੀ ਨਹੀਂ। ਅੱਛਾ ਇਹ ਮੈਂ ਪਹਿਲਾ ਸੁਬਹਾ ਸੋਈਏ ਮੈਂ ਅਕੀਅਤ ਨਵੀਂ ਹੁੰਦੀ ਹੈ ਦੁੱਧ ਮੈਂ ਦਿੰਦੀ ਹੈ ਮਿਲਦਿਆਂ ਤਾਂ ਹੀ ਸੁਣਦਿਆਂ ਤਾਂ ਹੀ ਮੈਂ ਮਿਲਦੀ ਰਹੀ ਮਿਲਦੀ ਰਹਿੰਦੀ ਹੈ। ਹਾਂਜੀ ਹੁਣ ਹਾਜ਼ਰ ਮੌਕੇ ਤੇ ਦੋ ਟਾਈਮ ਦਾ ਬੋਲਾ ਕਿੰਨਾ ਜਿਹੜਾ ਆਪਾਂ ਕੋਈ ਵੀਰ ਆਵੇ ਤੇ ਉਹਨੂੰ ਚਵਾ ਦਈਏ? ਹਾਜ਼ਰ ਮੌਕੇ ਹੁਣ ਅਜੇ ਚਾਹੀਦਾ ਕੀ ਉਸੇ ਆਈ ਕੋਈ 4 ਕਿਲੋ ਉਸੇ ਤੇ ਮਜ਼ੀਦ ਇਨਸ਼ਾਅੱਲਾ ਮੇਰਾ ਸ਼ਰਾ ਸੱਟੇ ਕਿੰਨਾ ਦੁੱਧ ਕਰਦੀ ਰਹੇ ਮਜ਼ੀਦ ਅੱਲਾ ਦੇ ਹੁਕਮ ਮੈਂ ਅੱਜ ਕੀ ਮਾਂ ਦੁੱਧ ਦੇਸੀ 8-9 ਕਿਲੋ ਟਾਈਮ ਦਾ ਹਾਂ ਜੰਗੇ 17-18 ਕਿਲੋ ਕਰੇ ਬਿਲਕੁਲ ਕਰੇ। ਠੀਕ ਹੋ ਗਿਆ ਹਾਂਜੀ। ਤੇ ਹੁਣ ਇਹਦੇ ਮੇਰੀ ਗੱਲ ਸੁਣ ਵੀਰ ਮੇਰਾ ਜੀ ਕੋਈ ਪੱਕੀ ਜੀ ਗੱਲ ਕਰਨੀ ਹੈ ਮਾਂ ਜੀ ਬਰੀਕੀਆਂ ਵੇਖ ਲਾ ਪੁੱਠਾ ਖੁੱਡਾ ਵੇਖ ਲਾ ਚਮੜੀ ਵੇਖ ਲਾ ਮਾਂ ਦੀ ਧਾਗੇ ਤਰ੍ਹਾਂ ਕਿਉਂ ਜੀ ਅੱਖੀ ਮਾਂ ਦੀਆਂ ਚਿੱਟੀਆਂ ਖੱਬੀ ਕੁੰਡੀ ਲਾਈ ਹੋਈ ਅਸੀਲ ਅਸ਼ਰਾਫ ਵੇਤੀ ਹੈ ਬਾਹੇ ਦਿਹਾੜੀ ਅੱਛੀ ਨੂੰ 18 ਵਾਰੀ ਚੋਈ ਰੱਖੀ ਬੱਚੇ ਚੋਈ ਰੱਖੇ ਬੁੱਢੀਆਂ ਚੋਈ ਰੱਖੇ ਇਹਦੀ ਕੋਈ ਨਾ ਦੀ ਕਿਨੇ ਕੋਈ। ਅੱਛਾ ਹੁਣ ਮੇਰੀ ਗੱਲ ਸੁਣ ਗੱਲਾਂ ਤੇ ਆਪਾਂ ਸਾਰੀ ਦਿਹਾੜੀ ਕਰੀਏ ਜਿਹਨੇ ਖਤਮ ਹੋਣੀਆਂ ਇਹ ਤੇ ਪਿਆਰ ਮੁਹੱਬਤ ਵਾਲੇ ਜਿਹੜੇ ਪੈਸੇ ਲੈਣੇ ਨਾ ਮੇਰਾ ਵੀਰ ਉਹ ਗੱਲ ਕਰ। ਪਿਆਰ ਮੁਹੱਬਤ 3,70,000 3,70,000 ਇਹਦੇ ਵਿੱਚ ਕੋਈ ਪਿਆਰ ਮੁਹੱਬਤ ਪਿਆਰ ਮੁਹੱਬਤ ਮੈਂ 60,000 ਦੀ ਦੇ ਦੇ ਫਾਈਨਲ ਫਾਈਨਲ ਕੀ ਗੱਲ ਹੈ ਪੱਕੀ। ਠੀਕ ਹੋ ਗਿਆ 3,60,000 ਜੀ ਠੀਕ ਹੋ ਗਿਆ ਤੇ ਇਹਦੇ ਮਗਰ ਕੱਟੀ ਜਾ ਕੱਟਾ ਆਹ ਕੱਟਾ ਚੱਲ ਨਿਕਲ ਉਠਾ ਮਾੜਾ ਜਿਹਾ ਕੱਟੇ ਨੂੰ ਉਠਾ ਚੱਲ ਚੱਲ ਮੇਰਾ ਸ਼ੇਰ
ਲਓ ਜਨਾਬ 3 ਲੱਖ ਤੇ 60,000 ਦੇ ਵਿੱਚ ਇਨਸ਼ਾਅੱਲਾ ਪਿਆਰ ਮੁਹੱਬਤ ਕਰਾਵਾਂਗੇ। ਲਾਲਾ ਕੋਲ ਪੈਣੇ ਸਰ। ਲਓ ਜਨਾਬ ਟੁਰਦੀ ਫਿਰਦੀ ਇਨਸ਼ਾਅੱਲਾ ਮੇਰੇ ਕੈਮਰੇ ਦੀ ਨਜ਼ਰ ਵਿੱਚ ਹੈ। ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਸੌਦਾ ਨਾਲ ਨਸੀਬ ਦੇ ਮਾਲਕ ਦੀ। ਜਨਾਬ 3,70,000 ਡਿਮਾਂਡ ਹੈ, ਫਾਈਨਲ ਜਨਾਬ 3,60,000 ਦੀ। ਇਹਦੇ ਵਿੱਚ ਵੀ ਇਨਸ਼ਾਅੱਲਾ ਮਾੜਾ ਮੋਟਾ ਪਿਆਰ ਮੁਹੱਬਤ ਹੋਵੇਗਾ। ਵੀਡੀਓ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਕਰਨਾ, ਲਾਈਕ ਕਰਨਾ ਅਤੇ ਮਾਸ਼ਾਅੱਲਾ ਕਮੈਂਟ ਕਰਨਾ। ਮਿਲਾਂਗੇ ਅਗਲੀ ਵੀਡੀਓ ਨਾਲ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।